शराब डोगर डोगर मोटर ननकाना साहब तू जी आज माशाल्लाह जुमा रात है जी और कल जुमातुल मुबारक का दिन है। जिस तरह के रूटीन दे विच असीं पहले भी जुमा बाजार और गड्डियां दा त्वार बाजार और बुद्ध बाजार लाने आ और गड्डियां दी ऑक्शन करने आ, ठीक है, और आवाम नूं सस्तियां गड्डियां देने आ। दो नंबर नहीं देंदे, सस्तियां जरूर देंदे। सस्ती चीज ओह होंदी जिहड़ी दो नंबर होंदी है। असीं सस्तियां भी देने आ ते एक नंबर भी देने आ। एक नंबर की निशानी सब तो वड्डी आ बैठी दे इह जनाब जाहिद साहब ने एंटी कार लिफ्टिंग स्टॉप। कोई भी गड्डी असीं वेचने आ ते असीं इहनां नूं चेक करा के वेचने आ। इहनां दी अख दे विच जादू है। ਉਹ ਜਾਦੂ ਇਹਨੂੰ ਦੱਸਦਾ ਕਿ ਦੋ ਨੰਬਰ ਹੈ ਕਿ ਇੱਕ ਨੰਬਰ ਹੈ। ਜਿਹਦੀ ਦੇ ਤੇ ਇਹਨਾਂ ਨੇ ਓਕੇ ਨਹੀਂ ਕਰਨੀ, ਅਸੀਂ ਗੱਡੀ ਦੀ ਪੇਮੈਂਟ ਨਹੀਂ ਦਿੰਦੇ। ਦੂਸਰੇ ਨੰਬਰ ਤੇ ਇਹ ਬੈਠਾ ਐਕਸਾਈਜ਼ ਵਾਲੇ ਆਸਫ ਸਾਹਿਬ, ਇਹਨਾਂ ਨੂੰ ਅਸੀਂ ਕਾਗਜ਼ਾਤ ਚੈੱਕ ਕਰਵਾਉਂਦੇ ਹਾਂ ਔਰ ਸਿਸਟਮ ਦੇ ਵਿੱਚੋਂ ਗੱਡੀ ਚੈੱਕ ਕਰਵਾ ਕੇ ਫਿਰ ਪੇਮੈਂਟ ਕਰਨੇ ਆ। ਮੈਂ ਤੁਹਾਨੂੰ ਵੀ ਕਹਾਂਗਾ ਕਿਸੇ ਨੇ ਵੀ ਗੱਡੀ ਲੈਣੀ ਹੋਵੇ, ਦੇਣੀ ਹੋਵੇ, ਜਿੱਥੋਂ ਮਰਜ਼ੀ ਲਵੋ, ਜ਼ਾਹਿਦ ਸਾਹਿਬ 0300-4341-706 ਨੰਬਰ ਸੇਵ ਕਰ ਲਓ। ਇਸ ਨੰਬਰ ਤੇ ਫੋਨ ਕਰਕੇ ਸੋਹਣੀਆਂ ਸਾਫ ਸੁਥਰੀਆਂ ਦੋ ਤਸਵੀਰਾਂ ਬਣਾਓ, ਇਹਨਾਂ ਨੂੰ ਭੇਜੋ। ਇਹ ਗੱਡੀ ਓਕੇ ਦੀ ਰਿਪੋਰਟ ਦੇਣਗੇ ਤੇ ਗੱਡੀ ਦੀ ਪੇਮੈਂਟ ਕਰੋ, ਨਹੀਂ ਤੇ ਰੁਕ ਜਾਓ। ਦੂਜੇ ਨੰਬਰ ਤੇ ਆਸਫ ਸਾਹਿਬ ਨੂੰ ਜਨਾਬ ਗੱਡੀ ਦਾ ਨੰਬਰ ਦੱਸੋ ਕਿ ਇਹ ਨੰਬਰ ਗੱਡੀ ਅਸੀਂ ਲੈ ਰਹੇ ਹਾਂ ਲੋਕ, ਤੇ 1000 ਰੁਪਇਆ ਭੇਜੋ ਇਹਨਾਂ ਨੂੰ ਉਹਦੀ ਫੀਸ। ਇਹ ਤੁਹਾਨੂੰ ਐਕਸਾਈਜ਼ ਦੇ ਵਿੱਚ ਚੈੱਕ ਕਰਕੇ ਸਿਸਟਮ ਚ ਦੱਸਣਗੇ ਕਿ ਇਸ ਗੱਡੀ ਦਾ ਕੋਈ ਸਮਾਰਟ ਕਾਰਡ ਡੁਪਲੀਕੇਟ ਨਹੀਂ ਬਣਿਆ, ਕੋਈ ਪਿੱਛੇ ਲਾਂਝਾ ਤੇ ਨਹੀਂ ਆਇਆ, ਕੋਈ ਮਸਲਾ ਮਸਾਇਲ ਤੇ ਨਹੀਂ ਆਇਆ। ਫਿਰ ਪੇਮੈਂਟ ਕਰੋ, ਇਹ ਮੋਬਾਈਲ ਐਪਾਂ ਤੇ ਗੱਡੀ ਚੈੱਕ ਕਰਕੇ ਪੇਮੈਂਟ ਨਾ ਕਰਿਆ ਕਰੋ। ਤੁਸੀਂ 500,000 ਰੁਪਇਆ ਬਚਾਉਂਦੇ ਜੇ, ਤੁਸੀਂ ਲੱਖਾਂ ਰੁਪਇਆ ਦੀ ਚੀਜ਼ ਲੈਂਦੇ ਹੋ, ਤੁਸੀਂ 500,000 ਨੂੰ ਬੜੀ ਅਹਿਮੀਅਤ ਦਿੰਦੇ। ਇਹ 500,000 ਨੂੰ ਅਹਿਮੀਅਤ ਨਾ ਦਿਆ ਕਰੋ, ਤੁਹਾਡੀ ਮਿਹਰਬਾਨੀ ਹੈ। ਇਹ ਬੜਾ ਮੁਸ਼ਕਲ ਤਰੀਨ ਕੰਮ ਹੈ, ਗੱਡੀਆਂ ਦਾ ਏਡਾ ਸੌਖਾ ਕੰਮ ਨਹੀਂ ਹੈਗਾ। ਅੱਜ ਕੱਲ ਮਿਸਤਰੀ ਵੀ ਡੀਲਰ ਬਣੇ ਨੇ, ਡੈਂਟਲ ਵੀ ਡੀਲਰ ਬਣੇ ਨੇ, ਔਰ ਹਰ ਬੰਦਾ ਡੀਲਰ ਬਣਿਆ। ਮੈਂ ਕਹਿੰਦਾ ਸਾਰੇ ਬਣੋ, ਸਾਰੇ ਕੰਮ ਕਰੋ, ਰੋਜ਼ਗਾਰ ਕਮਾਉਣਾ ਆ ਬੱਚਿਆਂ ਦਾ ਹਰ ਬੰਦੇ ਦਾ ਹੱਕ ਹੈ। ਲੇਕਿਨ ਕੋਸ਼ਿਸ਼ ਕਰੋ, ਜੇ ਤੁਹਾਨੂੰ ਆਪ ਨੂੰ ਇੰਨੀ ਸਮਝ ਬੂਝ ਨਹੀਂ ਹੈ ਤੇ ਕਿਸੇ ਦਾ ਹੈਲਪ ਲੈ ਲਓ, ਜਿਸ ਤਰ੍ਹਾਂ ਮੈਂ ਹੈਲਪ ਲੈ ਰਿਹਾ। ਮੈਂ ਹਾਲਾਂਕਿ ਬੜਾ ਕਾਰੀਗਰ ਹਾਂ, ਆਹ ਬੜਾ ਕਾਰੀਗਰ, ਲੇਕਿਨ ਮੈਂ ਆਪਣੀ ਕਾਰਾਗਰੀ ਨੂੰ ਨਹੀਂ, ਮੈਂ ਕੁਛ ਵੀ ਨਹੀਂ ਹੈ। ਜੋ ਇਹ ਕਾਰੀਗਰ ਨੇ ਉਹ ਮੈਂ ਨਹੀਂ ਹੈਗਾ। ਬਾਕੀ ਕੱਲ ਅੱਲਾ ਖੈਰ ਕੀਤੀ ਤੇ ਅਸੀਂ ਜੁਮਾ ਬਾਜ਼ਾਰ ਲਾ ਰਹੇ ਹਾਂ ਔਰ ਪੂਰੇ ਭਾਰ ਨਾਲ ਲਾ ਰਹੇ ਹਾਂ ਔਰ ਬਹੁਤ ਗੱਡੀ ਆ ਰਹੀ ਹੈ ਇਨਸ਼ਾਅੱਲਾ। ਇਹ ਅੱਗੇ ਜਿਸ ਤਰ੍ਹਾਂ ਇਤਵਾਰ ਬਾਜ਼ਾਰ ਚ ਬਹੁਤ ਗੱਡੀਆਂ ਆਉਂਦੀਆਂ ਸੀ, ਇਸ ਤਰ੍ਹਾਂ ਇਨਸ਼ਾਅੱਲਾ ਐਤਕੀ ਸਾਡਾ ਜੁਮਾ ਬਾਜ਼ਾਰ ਵੀ ਭਾਰਾ ਲੱਗੇਗਾ ਔਰ ਇਤਵਾਰ ਬਾਜ਼ਾਰ ਤੇ ਫਿਰ ਜਿਹੜਾ ਹੈ ਉਹ ਹੈ ਹੀ ਹੈ। ਸਾਰੇ ਭਾਈ ਪਹੁੰਚੋ, ਮੁਨਾਸਬ ਰੇਟ ਦੀਆਂ ਗੱਡੀਆਂ ਤੁਹਾਨੂੰ ਦੇਵਾਂਗੇ ਇਨਸ਼ਾਅੱਲਾ, ਸਸਤੀਆਂ ਤਰੀਨ ਔਰ ਇੱਕ ਨੰਬਰ ਗੱਡੀਆਂ, ਦੋ ਨੰਬਰ ਨਹੀਂ, ਇੱਕ ਨੰਬਰ। ਜ਼ਾਹਿਦ ਸਾਹਿਬ, ਬਾਕੀ ਜਿਹੜੀ ਕੋਈ ਗੱਲਬਾਤ ਕਰਨੀ ਸਾਡੇ ਫਾਲੋਅਰਾਂ ਨੂੰ ਦੱਸੋ। ਅਸਲਾਮ ਅਲੈਕੁਮ ਜੀ, ਮੇਰੀ ਤਰਫ ਤਮਾਮ ਦੋਸਤਾਂ ਨੂੰ ਮੇਰੀ ਤਰਫ ਤੋਂ ਦਾਵਤ ਹੈ ਜੀ, ਬਿਹਤਰੀਨ ਔਰ ਸਾਫ ਸੁਥਰੇ ਕੰਮ ਦਾ ਪੁਆਇੰਟ ਜੇ ਗੱਡੀ ਕਿਸੇ ਸੇਲ ਪਰਚੇਸ ਕਰਨੀ ਹੋਵੇ, ਇਸ ਤੋਂ ਅੱਛਾ ਤੁਹਾਡੇ ਕੋਲ ਪੁਆਇੰਟ ਕੋਈ ਨਹੀਂ ਜੇ ਡੋਗਰ ਮੋਟਰ ਤੋਂ ਇਲਾਵਾ। ਜਿਸ ਦੋਸਤ ਨੂੰ ਗੱਡੀ ਪਰਚੇਸ ਕਰਨੀ ਹੈ, ਸੇਲ ਕਰਨੀ ਹੈ, ਇਸ ਤੋਂ ਅੱਛਾ ਤੁਹਾਡੇ ਕੋਲ ਕੋਈ ਪੁਆਇੰਟ ਨਹੀਂ ਜੇ। ਮੇਰੀ ਤਮਾਮ ਦੋਸਤਾਂ ਦਾਵਤ ਹੈ ਕਿ ਇਸ ਪੁਆਇੰਟ ਤੇ ਜ਼ਰੂਰ ਆਓ ਔਰ ਆਪਣਾ ਕਾਰੋਬਾਰ ਕਰੋ, ਆਪਣੇ ਬੱਚੇ ਰੋਟੀ ਕਮਾਓ, ਇਨਸ਼ਾਅੱਲਾ ਅੱਲਾ ਕੰਮ ਸਭ ਨੂੰ ਰੋਟੀ ਦੇਵੇਗਾ। ਇਸ ਤੋਂ ਅੱਛਾ ਲਾਹੌਰ ਬੁਰਗੇ ਪੂਰੇ ਪਾਕਿਸਤਾਨ ਚ ਸਾਫ ਸੁਥਰਾ ਕਰਨ ਕੰਮ ਕਰਨ ਵਾਲੇ ਕੋਈ ਜਗ੍ਹਾ ਨਹੀਂ ਜੇ। ਡੋਗਰ ਮੋਟਰ ਬਿਹਤਰੀਨ ਜਗ੍ਹਾ ਜੇ ਆਪਣੇ ਬੱਚੇ ਰੋਟੀ ਕਮਾਉਣ ਵਾਸਤੇ, ਔਰ ਇਨਸ਼ਾਅੱਲਾ ਚ ਕੋਈ ਬੇਈਮਾਨੀ, ਕੋਈ ਹੇਰਾ ਫੇਰ ਇੱਥੇ ਨਹੀਂ ਜੇ। ਇੱਥੇ ਕੋਈ ਬੇਈਮਾਨੇ ਬੰਦੇ ਦੀ ਜਗ੍ਹਾ ਨਹੀਂ ਜੇ, ਕੋਈ ਦੋ ਨੰਬਰ ਬੰਦੇ ਦੀ ਜਗ੍ਹਾ ਨਹੀਂ ਜੇ। ਨਾ ਇੱਥੇ ਬਿਠਾਉਂਦੇ ਕਿਸੇ ਨੂੰ, ਨਾ ਐਸਾ ਬੰਦੇ ਨੂੰ ਪਸੰਦ ਕਰਦੇ ਨੇ, ਨਾ ਮੈਂ ਦੋ ਨੰਬਰ ਬੰਦੇ ਨੂੰ ਬਹਿਣ ਦੇਣਾ ਆਪਣੇ ਸ਼ੋਰੂਮ ਤੇ। ਆ ਮੇਰੀ ਮਾਸ਼ਾਅੱਲਾ ਟੀਮ ਹੈ ਜੀ, ਹਾਈ ਖਲਾਕ ਸਾਹਿਬ ਨੇ, ਇਹ ਜਨਾਬ ਆਪਣੇ ਨੇ ਕਾਮਰਾਨ ਸਾਹਿਬ ਨੇ, ਜ਼ਾਹਿਦ ਸਾਹਿਬ ਨੇ, ਆਪਣਾ ਅਹਿਮਦ ਸਾਹਿਬ ਨੇ, ਇਸ ਤਰ੍ਹਾਂ ਸਾਰੇ ਭਾਈ ਬੈਠੇ ਹਾਂ ਅਸੀਂ, ਆਸਫ ਸਾਹਿਬ ਨੇ, ਅਮਜਦ ਸਾਹਿਬ ਨੇ, ਤੇ ਮੇਰੀ ਟੀਮ ਹੈ। ਔਰ ਮੈਂ ਫਿਰ ਇੱਕ ਵਾਰੀ ਕਹਾਂਗਾ ਕਿ ਅਗਰ ਤੁਸੀਂ ਇਹਨਾਂ ਕੋਲ ਵੀ ਗੱਡੀ ਖਰੀਦਣੀ ਹੈ, ਕੋਸ਼ਿਸ਼ ਕਰਨੀ ਕਿ ਜ਼ਾਹਿਦ ਸਾਹਿਬ ਨੂੰ ਮੈਂ ਹੋਵਾਂ ਜਾਂ ਨਾ ਹੋਵਾਂ, ਮੈਂ ਚੈੱਕ, ਜ਼ਾਹਿਦ ਸਾਹਿਬ ਨੇ ਗੱਡੀ ਚੈੱਕ ਕਰ ਲਈ, ਸਮਝ ਲਓ ਮੈਂ ਕਰ ਲਈ। ਕੋਈ ਵੀ ਗੱਡੀ ਖਰੀਦਣੀ ਹੈ, ਇਹਨਾਂ ਕੋਲ ਖਰੀਦੋ, ਜਿਹਦੇ ਕੋਲ ਵੀ ਖਰੀਦੋ, ਜ਼ਾਹਿਦ ਸਾਹਿਬ ਨੂੰ ਔਰ ਆਸਫ ਨੂੰ ਤੁਸੀਂ ਕਾਗਜ਼ਾਂ ਜ਼ਰੂਰ ਚੈੱਕ ਕਰਵਾਉਣੇ ਨੇ, ਮੇਰੇ ਸ਼ੋਰੂਮ ਤੋਂ ਗੱਡੀ ਲਵੋ ਜਾਂ ਜਿੱਥੋਂ ਮਰਜ਼ੀ ਲਵੋ, ਕੋਸ਼ਿਸ਼ ਕਰਨੀ ਹੈ ਜ਼ਾਹਿਦ ਸਾਹਿਬ ਨੂੰ ਮੇਰੇ ਸ਼ੋਰੂਮ ਤੋਂ ਕੋਸ਼ਿਸ਼ ਕਰਨੀ। ਜਦੋਂ ਵੀ ਗੱਡੀ ਲੈਣੀ ਹੈ, ਅਗਰ ਡੀਲ ਅਹਿਮਦ ਕਰਾਉਂਦਾ, ਕਾਮਰਾਨ ਸਾਹਿਬ ਕਰਾਉਂਦੇ ਨੇ, ਜਾਂ ਕੋਈ ਵੀ ਕਰਾਉਂਦਾ, ਬੱਕਰ ਕਰਾਉਂਦਾ, ਸਾਧ ਕਰਾਉਂਦਾ, ਕੋਈ ਵੀ ਕਰਾਉਂਦਾ, ਇਖਲਾਕ ਕਰਾਉਂਦਾ, ਤੁਸੀਂ ਕਾਗਜ਼ਾਂ ਜਿਹੜੇ ਨੇ ਉਹ ਇਹਨਾਂ ਨੂੰ ਚੈੱਕ ਕਰਾਉਣੇ ਨੇ ਔਰ ਗੱਡੀ ਦੀ CAG ਇਹਨਾਂ ਕੋਲ ਕਰਵਾਉਣੀ। ਜਿੰਨੀ ਦੇਰ ਤੱਕ ਦੋ ਬੰਦੇ ਗੱਡੀ ਨਹੀਂ ਚੈੱਕ ਕਰਨਗੇ, ਤੁਸੀਂ ਪੇਮੈਂਟ ਨਹੀਂ ਕਰਦੇ। ਮੈਨੂੰ ਜ਼ਰੂਰ ਦੱਸਣਾ ਕਿ ਆ ਗੱਡੀ ਅਸੀਂ ਲੈ ਰਹੇ ਹਾਂ, ਆ ਵੇਚ ਰਹੇ ਹਾਂ। ਤੁਹਾਡੀ ਮਿਹਰਬਾਨੀ ਹੈ, ਜਿੰਦੇ ਵਾਸਤੇ ਰਹੋ, ਖੁਸ਼ ਰਹੋ।
आवाज रवो, दुआवां याद रखो, ते सवेरे आओ, तुहानू सस्ती गड्डी देईए। और सब दोस्तां नूं दावत आउंदे जी, सब दोस्त आओ।